ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈਡੀ ਵੱਲੋਂ ਗ੍ਰਿਫਤਾਰ ਕਰਨ ਤੇ ਸਮਾਜ ਸੇਵੀ ਅੰਨਾ ਹਜ਼ਾਰੇ ਵੀ ਸਾਹਮਣੇ ਆਏ ਨੇ। ਅੰਨਾ ਹਜ਼ਾਰੇ ਨੇ ਕਿਹਾ ਕਿ ਕੇਜਰੀਵਾਲ ਵਰਗਾ ਜਿਹੜਾ ਆਦਮੀ ਉਹਨਾਂ ਦੇ ਨਾਲ ਕੰਮ ਕਰਦਾ ਸੀ ਅਤੇ ਸ਼ਰਾਬ ਦੇ ਖਿਲਾਫ ਬੋਲਦਾ ਸੀ, ਪਰ ਅੱਜ ਉਹ ਸ਼ਰਾਬ ਨੀਤੀ ਬਣਾ ਰਿਹਾ ਹੈ ਜਿਸ ਦਾ ਉਹਨਾਂ ਨੂੰ ਦੁੱਖ ਹੋਇਆ ਹੈ। ਬਹੁਤ ਦੁੱਖ ਹੋਇਆ ਕਿ ਅਰਵਿੰਦ ਕੇਜਰੀਵਾਲ ਜੈਸੇ ਆਦਮੀ ਜੋ ਮੇਰੇ ਸਾਥ ਕਾਮ ਕਰਤਾ ਥਾ ਔਰ ਸ਼ਰਾਬ ਕੇ ਬਾਰੇ ਮੇਂ ਹਮ ਲੋਗ ਆਵਾਜ਼ ਉਠਾਇਆ ਥਾ, ਆਜ ਵੋ ਸ਼ਰਾਬ ਨੀਤੀ ਬਣਾ ਰਹਾ ਹੈ। ਮੁਝੇ ਦੁੱਖ ਹੁਆ ਲੇਕਿਨ ਕਰੇਗਾ ਕਿਆ, ਸੱਤਾ ਕੇ ਸਾਹਮਣੇ ਕੁਛ ਨਹੀਂ ਕਰ ਸਕਿਆ। ਆਖਿਰ ਉਸਕੋ ਜੋ ਅਰੈਸਟ ਕੀਆ ਗਿਆ, ਅਟਕ ਹੁਆ, ਵੋ ਉਨਕੇ ਕ੍ਰਤੀ ਸੇ ਹੁਆ। ਹਮ ਇਹ ਬਾਤੇ ਨਹੀਂ ਕਰਤੇ ਤੋ ਅਟਕ ਹੋਣੇ ਕਾ ਕੋਈ ਸੰਭਵ ਨਹੀਂ ਥਾ। ਤੋ ਜੋ ਅਟਕ ਹੁਆ ਹੈ ਅਭੀ ਕਾਨੂੰਨ ਕੇ ਤੌਰ ਪਰ ਜੋ ਹੋਗਾ ਵੋ ਹੋਗਾ, ਵੋ ਸਰਕਾਰ ਦੇਖੇਗੀ, ਵੋ ਸੋਚੇਗੀ।